ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਜੀ? ਤੋ ਆਪ ਜਾਣਦੇ ਹੋ ਬਾਈ ਕੋ, ਇਹ ਪ੍ਰਦੀਪ ਸਿੰਘ ਹੈ। ਇਹ ਵੀ ਨਏ ਨਏ ਆਏ ਯੂਨੀਵਰਸਿਟੀ ਮੇਂ। ਨਏ ਨਏ ਕੀ, ਕਿੰਨਾ ਮਹੀਨਾ ਹੋ ਗਿਆ? ਮਹੀਨਾ ਹੋ ਗਿਆ, ਇੱਕ ਮੰਥ ਹੋ ਗਿਆ। ਤੋ ਬਾਈ ਸਾਹਿਬ ਰਿਵਿਊ ਪੁੱਛ ਲੇਤੇ ਯੂਨੀ ਕੇ ਬਾਰੇ ਮੇਂ, ਸੀ ਐਸ ਸੀ ਯੂਨੀਵਰਸਿਟੀ ਕੈਸੀ ਹੈ। ਤੋ ਆਪ ਬਤਾਏ, ਟੀਚਰ ਕੋਆਪਰੇਟ ਕਰਤੇ ਹੈਂ, ਟੀਚਰ ਬਤਾਤੇ ਹੈਂ, ਕਿਆ ਕੁਛ ਹਿਸਾਬ ਕਿਤਾਬ ਯੂਨੀ ਕਾ? ਜੀ ਬਿਲਕੁਲ, ਟੀਚਰ ਬਹੁਤ ਕੋਆਪਰੇਟ ਕਰਤੇ ਹੈ ਯਹਾਂ ਪੇ। ਜੋ ਪਹਿਲੇ ਤੋਂ ਕਲਾਰਾ ਮੈਮ ਹੈ, ਹਮਾਰੇ ਬਹੁਤ ਅੱਛੇ ਸਹਿਯੋਗ ਦੇਤੇ ਹੈਂ ਸਭੀ ਸਟੂਡੈਂਟ ਕੋ। ਤੋ ਜੋ ਵੀ ਪ੍ਰੋਬਲਮ ਆਤੀ ਹੈ ਉਸਕੋ ਸੋਟ ਆਊਟ ਕਰਤੇ ਹੈਂ। ਤੋ ਬਾਕੀ ਸਾਰੇ ਅੱਛੇ ਹੈਂ, ਟੀਚਰ ਅੱਛੇ ਹੈ, ਪੜ੍ਹਾਈ ਅੱਛੀ ਚੱਲ ਰਹੀ ਹੈ, ਪੜ੍ਹਾਤੇ ਅੱਛਾ ਹੈ। ਬਾਕੀ ਥੋੜ੍ਹਾ ਅਸਾਈਨਮੈਂਟ ਘਰ ਰਹਿਤਾ, ਥੋੜ੍ਹਾ ਟੈਂਸ਼ਨ ਰਹਿਤੀ ਹੈ ਟਾਈਮ ਪੇ, ਮਤਲਬ ਸਬਮਿਟ ਕਰਨਾ ਹੋਤਾ। ਬਾਕੀ ਸਹੀ ਹੈ, ਆਲ ਗੁੱਡ ਚੱਲ ਰਿਹਾ ਹੈ। ਅਭੀ ਜੇ ਨਏ ਤੋ ਇਨਕੋ ਅਸਾਈਨਮੈਂਟ ਕਾ ਕੁਛ ਜ਼ਿਆਦਾ ਸ਼ਿਓਰ ਨਹੀਂ ਥਾ ਕੈਸੇ ਸਬਮਿਟ ਕਰਨੇ, ਕਿਉਂਕਿ ਹਮ ਲੋਗ ਵੀ ਜਬ ਪਹਿਲੇ ਸਮੈਸਟਰ ਮੇਂ ਥੇ, ਹਮੇਂ ਵੀ ਬਹੁਤ ਟੈਂਸ਼ਨਸ ਥੀ ਕਿ ਕੈਸੇ ਕਿਆ ਕਰਨਾ, ਕਿਆ ਹਿਸਾਬ ਕਿਤਾਬ ਹੈ। ਤੋ ਜੋ ਮੇਨ ਬਾਤ ਹੈ, ਬਸ ਰਿਵਿਊ ਪੁੱਛਣਾ ਥਾ, ਇਤਨਾ ਕਰ ਲਿਆ, ਇਨਕਾ ਕੰਮ ਖਤਮ। ਤੋ ਬਾਤ ਕਰ ਲੇਤੇ ਯਾਰ, ਇਨਕਾ ਰਿਵਿਊ ਕਰਨਾ ਹੈ ਅੱਜ, ਔਰ ਗਿਵ ਅਵੇ ਵੀ ਕਰਨਾ ਹੈ। ਗਿਵ ਅਵੇ ਇਸਕਾ ਨਹੀਂ ਹੈ, ਗਿਵ ਅਵੇ ਇਸਕਾ ਕਰੇਂਗੇ। ਯੇ ਜੋ ਟ੍ਰਾਈਪੋਡ ਹੈ ਇਸਕਾ ਨਹੀਂ ਕਰਨਾ ਹੈ, ਸੋਰੀ ਇਸਕੇ ਲੀਏ, ਕਿਉਂਕਿ ਯੇ ਮੈਨੇ ਆਪਣੇ ਭਾਈ ਕੋ ਭੇਜ ਦੇਣੇ, ਛੋਟੇ ਵਾਲੇ ਕੋ, ਉਸਕੇ ਪਾਸ MI ਕਾ ਫੋਨ ਹੈ, ਤੋ ਉਸਕੇ ਕਾਮ ਆ ਜਾਏਗਾ। ਅਗਰ ਇਸਕੀ ਬਾਤ ਕਰੇਂ, ਇਸਕੋ ਨਿਕਾਲ ਰਹੇ ਡਿੱਬੀ ਮੇਂ ਸੇ, ਯੇ ਮੇਰੇ ਕੋ ਅੱਛਾ ਲੱਗਤਾ ਹੈ ਯਾਰ, ਕਾਲੇ ਕਵਰ ਮੇਂ, ਤੋ ਇਸ ਲਈ ਮੈਨੇ ਇਸਕੋ ਡਾਲ ਰੱਖਾ ਵਾਈਟ। ਤੋ ਯੇ ਪੂਰਾ ਐਪਲ ਏਅਰਪੋਡ ਜੈਸੇ ਲੱਗਤਾ ਹੈ। ਨਿਕਲ ਭਾਈ ਬਾਹਰ। ਤੋ ਯੇ ਜੀ MI ਕੇ ਏਅਰਪੋਡ, ਜੋ ਕਿ ਕਾਫੀ ਅੱਛੇ ਯਾਰ, ਬੈਟਰੀ ਬੈਕਅਪ ਇਨਕਾ ਅੱਛਾ ਹੈ, ਆਵਾਜ਼ ਵਗੈਰਾ ਕਾਫੀ ਅੱਛੀ ਹੈ, ਲੇਕਿਨ ਸੁਣੋ ਰਿਵਿਊ ਹੈ ਨਾ, ਤੋ ਥੋੜ੍ਹੀ ਸੀ ਯਾਰ ਵੋ ਸੈੱਟ ਨਹੀਂ ਬੈਠਣੇ ਵਾਲਾ ਕੰਮ ਹੈ, ਦਿਖਾ ਦਿੱਤੇ ਹੈਂ ਆਪਕੋ ਯਾਰ। ਤੋ ਯੇ ਥੋੜ੍ਹੇ ਸੇ ਬਾਹਰ ਰਹਿਤੇ ਹੈਂ ਜੈਸੇ ਯੇ, ਬਾਕੀ ਸੈੱਟ ਹੈ, ਕੋਈ ਚੱਕਰ ਨਹੀਂ ਹੈ, ਅੱਛੇ ਹੈਂ। ਔਰ ਇਨਕੇ ਅੰਦਰ ਯੇ ਗੋਲ ਵਾਲੀ ਟੁੱਪਣੀ ਸੀ ਹੈ, ਟੁੱਪਣੀ ਯਾਨੀ ਕਿ ਯੇ ਸੋਫਟ ਹੈ ਯਾਰ, ਮਤਲਬ ਪੰਜਾਬੀ ਕੰਮ ਹਮਾਰਾ। ਤੋ ਯੇ ਦੇਖ ਲਓ ਯਾਰ, ਯੇ ਸੋਫਟ ਹੈ ਤੋ ਅੱਛੀ ਹੈ, ਔਰ ਯੇ ਗ੍ਰਿਪ ਬਣ ਜਾਤੀ ਹੈ ਆਪਕੇ ਕਾਨ ਮੇਂ, ਹਿਲਾਨੇ ਸੇ ਗਿਰਤਾ ਨਹੀਂ, ਐਸੇ ਐਸੇ ਹਿਲਾਓ ਤੋ ਗਿਰਤਾ ਨਹੀਂ। ਅਗਰ ਐਪਲ ਕਾ ਕਰ ਲੇ ਸ਼ਾਇਦ ਵੋ ਗਿਰ ਜਾਤਾ ਹੈ ਥੋੜ੍ਹਾ ਸਾ, ਮੇਰੇ ਕੋ ਪਤਾ ਹੈ। ਉਸਮੇਂ ਯੇ ਗੋਲ ਵਾਲੀ ਟੁੱਪਣੀ ਨਹੀਂ ਨਾ ਐਪਲ ਵਾਲੇ ਮੇਂ। ਤੋ ਅਭੀ ਯੇ ਦੋਨੋਂ ਫਿੱਟ ਹੀ ਬੈਠੇ ਹੈਂ, ਕਾਨ ਕਾ ਸਾਈਜ਼ ਅੱਛਾ ਹੈ ਨਾ ਆਪਣਾ। ਤੋ ਓਵਰਆਲ ਐਕਸਪੀਰੀਅੰਸ ਮੇਰਾ, ਮੈਨੇ ਇਸਕੋ ਯੂਜ਼ ਕੀਆ ਹੈ, ਅੱਛਾ ਹੈ। ਜੈਸੇ ਇਸਮੇਂ ਸੈਂਸਰਸ ਵਗੈਰਾ ਕਾਮ ਕਰਤੇ ਐਪਲ ਵਾਲੇ ਮੇਂ, ਸੇਮ ਐਸੇ ਕਾਮ ਕਰਤੇ। ਇਸਮੇਂ ਵੀ ਗਾਣਾ ਵਗੈਰਾ ਆਗੇ ਕਰਨੇ ਕੇ ਲੀਏ, ਔਰ ਪੌਜ਼ ਕਰਨੇ ਕੇ ਲੀਏ, ਜੋ ਕੁਛ ਵੀ ਅੱਛਾ ਕਾਮ ਕਰ ਰਹਾ ਹੈ ਯੇ। ਲੇਕਿਨ ਯੇ ਕਿ ਇਨਮੇਂ ਇੱਕ ਬੈਨੀਫਿਟ ਹੈ, ਯਾਨੀ ਕਿ ਆਪ ਸਿਰੀ ਐਕਟੀਵੇਟ ਕਰ ਸਕਤੇ, ਇਸਸੇ ਆਪਕਾ ਗੂਗਲ ਐਕਟੀਵੇਟ ਨਹੀਂ ਹੋਤਾ ਹੈ। ਯੇ ਅੱਛੇ ਹੈਂ, ਆਪ ਟ੍ਰਾਈ ਕਰ ਸਕਤੇ ਹੋ, $70 ਮੇਂ ਆਪਕੋ ਚੀਜ਼ ਮਿਲ ਜਾਤੀ ਹੈ। $70-80 ਕੇ ਯੇ ਹੈ, ਆਸਟ੍ਰੇਲੀਅਨ ਡਾਲਰ ਕੀ ਬਾਤ ਕਰ ਰਹਾ ਹੂੰ, ਔਰ ਜੋ ਯੇ ਹੈ ਯੇ $240 ਕੇ ਹੈਂ। ਤੋ ਔਰ ਯੇ ਐਪਲ ਪ੍ਰੋਡਕਟ ਕੇ ਸਾਥ ਹੀ ਅੱਛਾ ਕਾਮ ਕਰਤੇ, ਜੋ ਐਪਲ ਕੇ ਫੋਨ ਹੈ, ਕਰ ਤੋ ਯੇ ਐਂਡਰਾਇਡ ਕੇ ਸਾਥ ਵੀ ਜਾਤੇ ਹੈਂ ਕਾਮ, ਲੇਕਿਨ ਮੇਰੇ ਹਿਸਾਬ ਸੇ ਉਤਨਾ ਅੱਛਾ ਕਾਮ ਨਹੀਂ ਕਰਤੇ, ਜੋ ਕਿ ਐਪਲ ਮੇਂ ਅੱਛਾ ਕਾਮ ਕਰਤੇ ਹੈਂ। ਔਰ ਐਂਡਰਾਇਡ ਕੇ ਲੀਏ ਯੇ ਬੈਸਟ ਹੈ, ਸਭ ਮੇਂ ਕਾਮ ਕਰ ਜਾਤੇ ਹੈ, ਜੋ ਵੀ ਆਪਕਾ ਸੈਮਸੰਗ ਕਾ ਹੋ, ਚਾਹੇ ਕੋਈ ਵੀ ਹੋ, ਸਭ ਮੇਂ ਕਾਮ ਕਰ ਜਾਤੇ ਹੈ, ਮੈਂ ਟ੍ਰਾਈ ਕੀਆ ਹੁਆ ਹੈ। ਤੋ ਤਭੀ ਆਜ ਇਨਕੋ ਬਿਠਾਲਾ ਹੈ ਕਿ ਇਨਕੇ ਫੋਨ ਮੇਂ ਪਹਿਲੇ ਟ੍ਰਾਈ ਕੀਆ ਥਾ, ਕੈਸਾ ਸਿਸਟਮ ਹੈ, ਕਿਆ ਕੁਛ ਹੈ। ਵਾਇਰਲੈਸ ਕਾ ਫਾਇਦਾ ਤੋ ਹੈ ਕਿ ਅਗਰ ਆਪ ਕਾਲ ਵਗੈਰਾ ਕਰਤੇ ਹੋ, ਕਾਮ ਕਰਨਾ ਹੋਤਾ ਹੈ, ਆਪਕਾ ਈਜ਼ੀ ਕਾਮ ਚਲ ਜਾਤਾ ਹੈ। ਲੇਕਿਨ ਅਗਰ ਯਹਾਂ ਪੇ ਅਗਰ ਬਾਤ ਕਰੇ ਡਰਾਈਵਿੰਗ ਕੇ ਟਾਈਮ, ਆਪ ਫੋਨ ਯੂਜ਼ ਨਹੀਂ ਕਰ ਸਕਤੇ ਹੋ, ਤੋ ਅਗਰ ਆਪਕੇ ਏਅਰਪੋਡ ਵਗੈਰਾ ਲਗੇ ਹੋਤੇ ਤੋ ਆਪਕਾ ਕਾਮ ਚਲ ਜਾਤਾ ਹੈ। ਔਰ ਅਗਰ ਆਪਨੇ ਵਾਇਰਲੈਸ ਕੇ ਇਲਾਵਾ ਜੋ ਨੋਰਮਲ ਏਅਰਫੋਨ ਲਗਾਏ ਹੋਤੇ, ਉਸਮੇਂ ਵੀ ਇਸ਼ੂ ਕਰ ਦੇਤੇ, ਕਿਉਂਕਿ ਵੋ ਆਪਕੇ ਬੀਚ ਮੇਂ ਸਟੇਅਰਿੰਗ ਜੋ ਹੋਤਾ ਹੈ, ਹੈਂਡਲ ਜੋ ਆਪਣੇ ਲੋਕ ਕਹਿਦੇ, ਸਟੇਅਰਿੰਗ ਕੇ ਬੀਚ ਮੇਂ ਆ ਸਕਤੇ ਹੋ, ਤੋ ਇਸ ਲਈ ਇਸਕਾ ਵੀ ਇਸ਼ੂ ਥੋੜ੍ਹਾ ਚਲ ਜਾਤਾ ਹੈ। ਲੇਕਿਨ ਵਾਇਰਲੈਸ ਏਅਰਫੋਨ ਕਾ ਯੇ ਫਾਇਦਾ ਹੈ ਕਿ ਆਪ ਟਰੈਵਲ ਕੇ ਟਾਈਮ, ਗਾੜੀ ਚਲਾਤੇ ਸਮੇਂ ਆਪ ਯੂਜ਼ ਕਰ ਸਕਤੇ ਹੋ। ਤੋ ਅਬ ਇਸਕੀ ਬਾਤ ਕਰ ਲੇਤੇ ਹੈਂ ਯਾਰ, ਉਸਕਾ ਕਾਮ 25 ਅੱਛੇ ਹੈ ਯਾਰ, ਟ੍ਰਾਈ ਕਰੋ, ਮੇਰੇ ਹਿਸਾਬ ਤੋਂ ਠੀਕ ਹੈ, ਮੇਰੇ ਕੋਲ ਤੋਂ ਅੱਛੇ ਲੱਗੇ। ਔਰ ਕੰਪੈਕਟ ਤੋਂ ਠੀਕ ਠਾਕ ਹੈ, ਉਸਸੇ ਬੜੇ ਹੈ ਥੋੜ੍ਹੇ, ਲੇਕਿਨ ਯੇ ਕਿ ਅੱਛੇ, ਔਰ ਯੇ ਟਾਈਪ ਸੀ ਕੇ ਸਾਥ ਆਤੇ, ਔਰ ਚਾਰਜ ਵੀ ਫਾਸਟ ਹੋਤੇ ਹੈਂ, ਅੱਛੇ ਬੜੀਆ ਫਾਸਟ ਚਾਰਜ ਹੋਤੇ ਹੈਂ। ਔਰ ਇਨਕਾ ਜੋ ਟਾਈਮ ਹੈ ਕਾਫੀ ਚਲ ਜਾਤੇ ਯਾਰ, ਅਭੀ ਤੱਕ ਮੈਂ ਇਨਕੋ ਡਾਊਨ ਨਹੀਂ ਕਰ ਪਾਇਆ ਹੂੰ, ਜਬ ਸੇ ਆਏ ਤੋ ਮੈਂ ਇਨਕੋ ਜ਼ਿਆਦਾ ਯੂਜ਼ ਨਹੀਂ ਕਰਤਾ ਹੂੰ, ਕਿਉਂਕਿ ਯੇ ਮੇਰੇ ਫੋਨ ਕੇ ਸਾਥ ਇਨੇ ਅੱਛੇ ਕਾਮ ਨਹੀਂ ਕਰਤੇ, ਇਸਕੇ ਸਾਥ ਐਪਲ ਵਾਲੇ ਕੇ ਸਾਥ ਯਹੀ ਕਾਮ ਕਰਤੇ, ਅੱਛੇ ਚੱਲ ਰਹੇ। ਵੈਸੇ ਬੈਟਰੀ ਬੈਕਅਪ ਇਨਕਾ ਅੱਛਾ ਹੈ, ਔਰ ਜੋ ਯੇ ਯਾਰ ਯੇ ਅੱਛੀ ਚੀਜ਼ ਹੈ, $18 ਕੀ ਚੀਜ਼ ਹੈ। ਇੱਕ ਸੈਲਫੀ ਸਟਿੱਕ ਕੀ ਤਰ੍ਹਾਂ ਵੀ ਆਪ ਯੂਜ਼ ਕਰ ਸਕਤੇ ਹੋ, ਉਸ ਦਿਨ ਮੈਨੇ ਆਪਕੋ ਦਿਖਾਇਆ ਨਹੀਂ ਪੂਰਾ ਕਿਤਨਾ ਲੰਬਾ ਹੋਇਆ, ਅੱਜ ਮੈਂ ਦਿਖਾ ਦਿੱਤਾ ਹੂੰ। ਤੋ ਇਤਨਾ ਲੰਬਾ ਹੋਇਆ ਤਾਂ ਦੇਖ ਲਓ ਯਾਰ, ਜੋ ਕਿ ਮੈਂ ਟ੍ਰਾਈਪੋਡ ਪੜਾ ਹੈ, ਉਸਸੇ ਵੀ ਡਬਲ ਹੋ ਜਾਤੀ ਹੈ। ਤੋ ਮੇਰੇ ਹਿਸਾਬ ਸੇ ਯਾਰ ਇੱਕ ਬੈਸਟ ਚੀਜ਼ ਹੈ, ਅਗਰ ਆਪ ਯੇ ਲੈਣਾ ਚਾਹੇ ਤੋ ਆਪ ਲੈ ਸਕਤੇ ਹੈਂ। ਮੈਨੇ ਇਸਕੋ ਯੂਜ਼ ਵੀ ਕੀਆ ਹੈ, ਜੋ ਲਾਸਟ ਮੈਨੇ ਵੀਡੀਓ ਬਣਾਈ ਥੀ, ਜੋ ਪੋਸਟ ਕਰੀ ਹੈ ਨਾ ਮੈਨੇ, ਤੋ ਉਸਮੇਂ ਮੈਨੇ ਯਹੀ ਯੂਜ਼ ਕੀਆ ਥਾ। ਤੋ ਅੱਛਾ ਹੈ, ਇਸਕਾ ਗ੍ਰਿਪ ਵੀ ਅੱਛਾ ਹੈ, ਔਰ ਹੈਂਡਲਡ ਅੱਛਾ ਹੈ, ਔਰ ਇਸਕੋ ਆਪ ਲੰਬਾ ਵੀ ਕਰ ਸਕਦੇ, ਕੋਈ ਚੱਕਰ ਹੈ ਨਹੀਂ ਇਸਕਾ। ਔਰ ਅੱਛੀ ਬਾਤ ਇਹ ਹੈ ਕਿ ਯਾਰ ਇਨਬਿਲਡ ਮਾਊਂਟ ਆਤਾ ਹੈ, ਤੋ ਆਪਕੋ ਮਾਊਂਟ ਕਾ ਕੋਈ ਚੱਕਰ ਨਹੀਂ, ਮਾਊਂਟ ਫਿਟ ਕਰਨਾ ਹੈ, ਔਰ ਜਿੱਧਰ ਮਰਜ਼ੀ ਆਪ ਰੋਟੇਟ ਕਰ ਸਕਦੇ ਹੋ ਉਸਕੋ, ਚਾਰੋਂ ਤਰਫ ਯੇ 360 ਵਿਊ ਮੇਂ ਰੋਟੇਟ ਹੋਤਾ ਹੈ। ਤੋ ਜਿਸ ਹਿਸਾਬ ਸੇ ਵੀ ਆਪਣੇ ਆਪਣਾ ਫੋਨ ਲਗਾਉਣਾ, ਉਸ ਹਿਸਾਬ ਸੇ ਆਪ ਆਪਣਾ ਲਗਾ ਕੇ ਬਣਾ ਲਿਓ। ਔਰ ਜੋ ਬੰਦੇ ਬਾਈ ਯੂਟਿਊਬ ਕਰਨਾ ਚਾਹਤੇ, ਐਸੇ ਫੋਨ ਐਸੇ ਕਰਕੇ ਬੀਚ ਮੇਂ ਫੋਨ ਫਸੇ ਇਧਰ ਇਧਰ, ਤੋ ਹੀ ਬਣਾਉਣੀ ਹੈ ਵੀਡੀਓ, ਨਹੀਂ ਤੋ ਆਧੇ ਪੜਦੇ ਮੇਂ ਵੀਡੀਓ ਆਤੀ ਹੈ, ਮੈਂ ਆਲਰੇਡੀ ਪਹਿਲੇ ਬਤਾ ਚੁੱਕਾ ਹਾਂ।
तो जो नया बंदे स्टार्ट करना चाहते हैं यूट्यूब, तो मेरे हिसाब से उनके लिए बेस्ट है यार। और आज इसका गिव अवे भी करना है, और इसमें ब्लूटूथ वाला है, तो ये मैंने उल्टा फिक्स कर दिया था, तो उसके बाद में मैंने निकाला नहीं। मेरे को इतना यूज़ होता नहीं ब्लूटूथ वाले का, चार्ज होता है इधर। लेकिन इसमें कमी ये कि ये नॉर्मल माइक्रो यूएसबी के साथ आता है, और ये वाला टाइप सी के साथ आता है, तो एक ही देनी चाहिए थी इनको चीज़। लेकिन ये कि सस्ती $20 की चीज़ में टाइप सी नहीं फिट कर सकते ना, तो अच्छी चीज़ है ये भी चलता है, लेकिन मैंने इसको यूज़ नहीं किया है। और मैं इसको ऐसे ही गिव अवे कर दूंगा जो कुछ भी है सबका, और इसका भी गिव अवे हो रहा है, और बाकी आके देखेंगे। और यूबी साइज से मेरी बात चल रही है, शायद वो दें भेजें कुछ चीज़ें, तो मैं गिव अवे कर दूंगा। नहीं तो ये इसका गिव अवे, इसकी गिव अवे की बात बता दें। देखो ये हमारा सिस्टम ये नहीं कि हमारा चैनल सब्सक्राइब करें, वीडियो शेयर करें, कुछ भी है, हमें इससे मतलब नहीं है। बस यार आपने इसके बारे में बताना है कि इसको आप किस तरीके से यूज़ करना चाहते हो, और जो MI जो कंपनी का है ये, तो इसके बारे में आप क्या सोचते हो, वो एक थोड़ा सा लिख के भेज दो, और मैं रैंडमली पिक करूँगा, कोई चूज़ नहीं करना बीच में, लाइव होके ही करेंगे, कुछ ऐसा सीन है नहीं। इंस्टाग्राम पे लाइव हो जाएंगे, एक तरफ वीडियो शूट करेंगे, क्योंकि हम लोग फेक वाला काम नहीं करने वाले, क्योंकि किसी का भी निकाल दें, और इसमें जो हमारे फैमिली मेम्बर हैं, जो मेरे भाई बंधु हैं, दोस्त हैं जो, तो वो कोई ऐड नहीं होगा। अगर किसी और उसमें से किसी का नाम आता है, तो वो मैं काट के फिर दोबारा से करूँगा, फिर से वो पिक करेंगे, तो इसका गिव अवे चालू होगा ही बस। और इसके अनाउंसमेंट कर देंगे जी लगभग आज की बार वीरवार वीरवार तो थर्सडे, तो संडे को अनाउंसमेंट कर देंगे जी श्योर श्योर, क्योंकि संडे को मैच खेलने जाना है, शाम को फ्री होंगे, तो संडे तक तो आ जाएगा, नहीं तो मंडे को तो श्योर श्योर इसका अनाउंसमेंट कर देंगे। और ये मैं अपने अभी डिलीवर कर रहा हूँ, क्योंकि MI ने नहीं ये चीज़ें मतलब कर रहा है डिलीवर खुद अपने पैसे से जो भी हो रहा है। और ये लेकिन ये चीज़ें मेरे को भेजी है Banggood.com। Banggood.com पे काफ़ी ऐसी अच्छे अच्छे प्रोडक्ट्स हैं जो काफ़ी सस्ते मिलते हैं, और कोई भी इसकी डिलीवरी चार्जेस वगैरह है नहीं, और साथ में कोई कस्टम चार्ज भी नहीं लगता, आप चेक कर सकते हैं। लिंक मैं नीचे डिस्क्रिप्शन में दे दूंगा, अगर आपको वैसे चेक करना तो आप जाके चेक कर सकते हैं, और इसका भी मैं लिंक दे दूंगा, और इसका भी लिंक दे दिया जाएगा। तो बस कमेंट कर दो अच्छे अच्छे बस, कोई दिक्कत नहीं है, और कोई शेयर नहीं करनी किसी को वीडियो, कोई चक्कर नहीं इतना, क्योंकि अपना हिसाब किताब वो नहीं है। क्योंकि मैंने देखा इंडिया में जब मैं था, लोग आईफोन का करते हैं गिव अवे, हमारी उतनी औकात नहीं, सीधी सी बात है यार, हम गरीब बंदे हैं, जो फ्री में आए वही करेंगे। तो जो बंदे मैंने देखा ना इंडिया में करते हैं गिव अवे, वो सीधा कहते हैं कि हमारा चैनल सब्सक्राइब करो, वीडियो को शेयर करो, कमेंट करो, लाइक करो, ये हमारा वो कोई सिस्टम नहीं, क्योंकि ना हमने आज तक बोला ना बोलेंगे, रैंडम में एक पिक कर कमेंट, और उसमें से चूज़ कर लेंगे भाई, जिसका आ जाएगा उसको सेंड कर देंगे, कोई चक्कर नहीं है। तो अभी इसका कर रहे हैं, अभी प्रोग्रेस हो रही है धीरे धीरे, तो अभी यार मैं इसका नहीं कर रहा, क्योंकि ये मेरे छोटे भाई ने पहले ही मेरे से मांग लिया, वो बोला कि मेरे को भेज देना, मैंने कहा चलो ठीक है, तो क्योंकि आज तक मैंने उसको कोई भी चीज़ भेजी नहीं है, 6 महीने हो गए, तो छोटी सी चीज़ वो भी फ्री वाली है, तो भेज देते उसको। और ट्राईपॉड्स का ही मैं गिव अवे करूँगा आगे जाके भी, क्योंकि ट्राईपॉड मेरे को आते रहते हैं, तो ट्राईपॉड का गिव अवे चलता रहेगा, टेंशन नहीं लेनी, चाहे वो भाई इंडिया से हो, चाहे पाकिस्तान से, चाहे बांग्लादेश से, नेपाल से, कहीं से भी हो, तो सब पार्टिसिपेट कर सकते हैं, कोई इतना चक्कर नहीं है। और अगर ऑस्ट्रेलिया में भी कोई बंदा, जो हमारे भाई आए हुए हैं ऑलरेडी, अगर कोई देख रहा है, अगर किसी का भी कमेंट अगर पिक होता है, तो भाई उसको भेज दिया जाएगा। तो उम्मीद करते हैं जी वीडियो आपको अच्छी लगी होगी, मिलते हैं नेक्स्ट वीडियो में, तब तक के लिए बाय बाय। और अभी हम लोगों ने पूल खेला है, तो बस चिल कर रहे हैं, अभी छुट्टी हो गई है, घर जाना है, बाय।